ਇੱਕ ਅਖੀਰਲਾ ਸਵਾਲ ਪੁੱਛਣਾ ਚਾਹੁੰਦਾ ਕਿ ਹੁਣ ਜਿਹੜਾ ਇਹ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਆ ਅਤੇ ਉਹਦੇ ਕੰਨ 'ਚ ਗੋਲੀ ਲੱਗੀ ਆ, ਇਸ ਦੇ ਨਾਲ ਉਹਦੀ ਜਿਹੜੀ ਜਿੱਤ ਆ ਉਹ ਯਕੀਨੀ ਬਣ ਗਈ? ਡੋਨਲਡ ਟਰੰਪ ਦੇ ਨਾਲ ਗੋਲੀ ਚੱਲੀ ਆ, ਮੇਰੇ ਸੋਚਣ 'ਚ ਵੀ ਇਹਦਾ ਕੋਈ ਪਾਪੂਲੈਰਿਟੀ ਘਟਣਾ ਨਹੀਂ, ਪਰ ਵਧੂਗਾ ਕਿ ਉਹ ਕਹਿ ਸਕਦਾ ਵੀ ਮੈਂ ਮਾਰਟਰ ਆ, ਮੈਨੂੰ ਮਾਰਨਾ ਮੰਗਦੇ, ਮੈਨੂੰ ਇੱਦਾਂ ਕਰਨਾ ਮੰਗਦੇ। ਅਤੇ ਆਪਾਂ ਨੂੰ ਇਹ ਵੀ ਪਤਾ ਵੀ ਇਹ ਕਾਫ਼ੀ ਉਹ ਰੇਸਿਸਟ ਰੈਟਰਿਕ ਵੀ ਵਰਤਦਾ ਆ, ਅਤੇ ਇਮੀਗ੍ਰੈਂਟਸ 'ਤੇ ਅਤੇ ਮਾਈਗ੍ਰੈਂਟਸ 'ਤੇ, ਅਤੇ ਸੋ ਦਿਸ ਇਜ਼ ਅ ਵੈਰੀ ਡੇਂਜਰਸ ਟਾਈਮ। ਸੋ ਜੇ ਟਰੰਪ ਫਿਰ ਜਿੱਤ ਜਾਂਦਾ, ਇੱਕ ਗੱਲ ਤਾਂ ਇਹ ਫਿਰ ਯਕੀਨਨ ਆ ਕਿ ਅਮੈਰੀਕਨ ਲੋਕ ਇਸ ਕਰਕੇ ਉਹਨੂੰ ਸਪੋਰਟ ਕਰਦੇ ਨੇ ਕਿ ਅਮੈਰੀਕਾ ਦੇ ਵਿੱਚ ਖੁਸ਼ਹਾਲੀ ਆ ਜਾਏਗੀ। ਬਾਕੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਮੀਗ੍ਰੇਸ਼ਨ ਬੰਦ ਕਰਨੀ ਆ, ਬਾਰਡਰਾਂ ਦੇ ਉੱਤੇ ਕੰਧਾਂ ਕੱਢਣੀਆਂ ਨੇ, ਬਹੁਤ ਸਾਰੇ ਅਮੈਰੀਕਨ ਇਸ ਗੱਲ ਦੀ ਪਰਵਾਹ ਨਹੀਂ ਕਰਦੇ, ਐਜ਼ ਲੌਂਗ ਐਜ਼ ਜੇ ਉਹ ਅਮੀਰ ਹੋ ਜਾਂਦੇ ਨੇ, ਉਹ ਪ੍ਰੋਸਪਰ ਹੋ ਜਾਂਦੇ ਨੇ। ਅੱਜ ਸਾਡੇ ਨਾਲ ਬੀ ਸੀ ਪ੍ਰੋਵਿੰਸ਼ਲ ਕੋਰਟ ਜੱਜ, ਸਾਬਕਾ ਜੱਜ ਨੇ ਜਿਹੜੇ, ਉਹ ਸ਼ਾਮਿਲ ਹੋ ਰਹੇ ਨੇ ਬਿਲ ਵਿਲੀਅਮ ਸੰਧੂ। ਔਰ ਉਹਨਾਂ ਨਾਲ ਜਿਹੜੀ ਗੱਲਬਾਤ ਹੋਣ ਵਾਲੀ ਹੈ ਉਹ ਯੂਨਾਈਟਿਡ ਸਟੇਟਸ ਦੇ ਵਿੱਚ ਲੇਟੈਸਟ ਜਿਹੜੀ ਸਿਚੁਏਸ਼ਨ ਪੈਦਾ ਹੋਈ ਹੈ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਣ ਤੋਂ ਪਿੱਛੋਂ, ਅਤੇ ਹੋਰ ਜਿਹੜੀ ਉਹਨਾਂ ਨਾਲ ਗੱਲਬਾਤ ਚੱਲਣੀ ਹੈ ਕਿ ਜੋ ਬਾਈਡਨ ਦੀ ਜਿਹੜੀ ਕੋਗਨੇਟਿਵ ਉਹਨਾਂ ਦੀ ਹਾਲਤ ਹੈ, ਉਹਨਾਂ ਦੀ ਪੋਜੀਸ਼ਨ ਹੈ, ਦਿਮਾਗੀ ਹਾਲਤ ਹੈ, ਉਸ ਦੇ ਬਾਰੇ 'ਚ ਕੀ ਉਹ ਪ੍ਰੈਜ਼ੀਡੈਂਟ ਬਣਨ ਦੇ ਯੋਗ ਹੈਗੇ ਨੇ। ਜਿੱਥੇ ਮਿਸਟਰ ਸੰਧੂ ਜੱਜ ਰਹੇ ਨੇ, ਜਿੱਥੇ ਉਹ ਬਹੁਤ ਚੋਟੀ ਦੇ ਵਕੀਲ ਨੇ, ਉੱਥੇ ਇੰਟਰਨੈਸ਼ਨਲ ਮਸਲਿਆਂ ਦੇ ਉੱਤੇ, ਖਾਸ ਤੌਰ 'ਤੇ ਯੂਨਾਈਟਿਡ ਸਟੇਟਸ ਦੇ ਮਸਲਿਆਂ ਦੇ ਉੱਤੇ ਉਹਨਾਂ ਦੀ ਬਹੁਤ ਪਕੜ ਹੈ, ਔਰ ਇੰਟਰਨੈਸ਼ਨਲ ਕੋਰਟ ਦੇ ਵਿੱਚ ਉਹ ਕਈ ਵਾਰੀ ਵਕੀਲ ਦੇ ਤੌਰ 'ਤੇ ਪੇਸ਼ ਹੋਏ ਹਨ ਇੰਟਰਨੈਸ਼ਨਲ ਮਸਲਿਆਂ ਬਾਰੇ। ਔਰ ਅੱਜ ਦੀ ਗੱਲਬਾਤ ਜਿਹੜੀ ਹੈ ਉਹਨਾਂ ਨਾਲ ਹੋਏਗੀ ਕਿ ਟਰੰਪ ਦੇ ਗੋਲੀ ਮਾਰਨ ਵਾਲੇ ਇਸ 20 ਸਾਲਾ ਮੁੰਡੇ ਦੀ ਜਿਹੜੀ ਕਹਾਣੀ ਚੱਲ ਰਹੀ ਹੈ ਉਸ ਸੰਬੰਧ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਨੂੰ ਕਿਵੇਂ ਇੰਪੈਕਟ ਕਰੇਗਾ। ਵੱਖ ਵੱਖ ਐਂਗਲਸ ਤੋਂ ਉਹ ਵੱਖ ਵੱਖ ਗੱਲਾਂ ਦੱਸਣਗੇ। ਬਿਲ ਸੰਧੂ ਜੀ, ਜੇ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਘਟਨਾ ਵਾਪਰੀ ਹੈ ਪੈਨਸਿਲਵੇਨੀਆ ਦੇ ਵਿੱਚ, ਡੋਨਲਡ ਟਰੰਪ ਦੇ ਉੱਤੇ ਹਮਲਾ ਕੀਤਾ ਗਿਆ ਹੈ ਔਰ ਉਹਨਾਂ ਦੇ ਕੰਨ 'ਤੇ ਗੋਲੀ ਲੱਗੀ ਹੈ, ਇਸ ਤੋਂ ਬਾਅਦ ਤੁਸੀਂ ਮੇਰਾ ਖਿਆਲ ਆ ਸਾਰੀਆਂ ਘਟਨਾਵਾਂ ਕ੍ਰਮਵਾਰ ਵੇਖਦੇ ਆਏ ਹੋ, ਸੁਣਦੇ ਆਏ ਹੋ, ਤੁਹਾਨੂੰ ਕਿਵੇਂ ਲੱਗਦਾ ਕਿ ਕਿਵੇਂ ਇੰਪੈਕਟ ਕਰੇਗੀ ਹੁਣ ਇਹ ਅਮੈਰੀਕਾ ਨੂੰ? ਹਾਂਜੀ, ਹੁਣ ਜਿਹੜਾ ਜਿਹੜਾ ਇਲੈਕਸ਼ਨ ਹੋ ਰਿਹਾ ਉਹ ਨਵੰਬਰ ਖਰੇ 4 ਜਾਂ 5 ਨੂੰ ਹੋਊਗਾ, ਅਤੇ ਇਸ ਵੀਕਐਂਡ ਤੋਂ ਪਹਿਲਾਂ, ਗੋਲੀ ਚੱਲਣ ਤੋਂ ਪਹਿਲਾਂ ਵੀ ਜੋ ਬਾਈਡਨ ਕਮਜ਼ੋਰ ਪੋਜੀਸ਼ਨ 'ਚ ਹੋਈ ਜਾਂਦਾ ਸੀਗਾ, ਕਿ ਉਹ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਕੋਗਨੀਟਿਵ ਚੈਲੰਜਸ, ਗਲਤ ਗੱਲਾਂ ਕਹਿੰਦਾ ਜਾਂ ਗੱਲਾਂ ਭੁੱਲ ਜਾਂਦਾ, ਅਤੇ ਨਾਲੇ ਜੇ ਉਹਦੀ ਡਿਬੇਟ ਹੋਈ ਸੀ ਡੋਨਲਡ ਟਰੰਪ ਦੇ ਨਾਲ, ਤਾਂ ਉਦੋਂ ਬਾਅਦ ABC ਨੈਟਵਰਕ 'ਤੇ ਉਹਦਾ ਇੰਟਰਵਿਊ ਸੀ, ਉਹ ਕਾਫੀ ਵੀਕ ਲੱਗਦਾ ਸੀ, ਤੇ ਜਿੱਦਾਂ ਡਿਬੇਟ ਉਹਨੇ ਚੰਗੇ ਦਿਨ ਹੀ ਨਹੀਂ ਕੀਤੀ, ਤੇ ਉਹਦੇ ਪੋਲ ਨੰਬਰ ਘਟੀ ਜਾਂਦੇ ਆ, ਤੇ ਵਿੱਚ ਉਹਦੇ ਪਾਰਟੀ ਦੇ ਹੁਣ ਕਾਫੀ ਲੋਕ ਕਹਿੰਦੇ ਵੀ ਉਹਨੂੰ ਖੜਨਾ ਨਹੀਂ ਚਾਹੀਦਾ, ਉਹ ਹਜੇ ਖੜਾ ਆ, ਤੇ ਮੇਰੇ ਖਿਆਲ 'ਚ ਵੀ 7-10 ਦਿਨਾਂ ਤੋਂ ਅੰਦਰ ਕੋਈ ਨਾ ਕੋਈ ਫਿਰ ਇਹ ਗੱਲ ਸਿਰੇ ਲੱਗ ਜੂ, ਨਹੀਂ ਤਾਂ ਉਹ ਕੈਂਡੀਡੇਟ ਹੋਊਗਾ
ਜਾਂ ਨਾ ਹੋਊਗਾ। ਆ ਜਿਹੜਾ ਡੋਨਲਡ ਟਰੰਪ ਦੇ ਨਾਲ ਗੋਲੀ ਚੱਲੀ ਆ, ਮੇਰੇ ਸੋਚਣ 'ਚ ਵੀ ਇਹਦਾ ਕੋਈ ਪਾਪੂਲੈਰਿਟੀ ਘਟਣਾ ਨਹੀਂ ਪਰ ਵਧੂਗਾ, ਕਿ ਉਹ ਕਹਿ ਸਕਦਾ ਵੀ ਮੈਂ ਮਾਰਟਰ ਆ, ਮੈਨੂੰ ਮਾਰਨਾ ਮੰਗਦੇ, ਮੈਨੂੰ ਇੱਦਾਂ ਕਰਨਾ ਮੰਗਦੇ ਆ। ਭਾਵਾਂ ਉਹ ਮੁੰਡਾ 20 ਸਾਲਾਂ ਦਾ ਸੀਗਾ, ਭਾਵਾਂ ਉਹਦੇ ਕੋਲ ਅੱਗੇ ਮੈਂਬਰਸ਼ਿਪ ਰਿਪਬਲਿਕਨ ਪਾਰਟੀ 'ਚ ਸੀ, ਉਹ ਟਰੰਪ ਦੀ ਪਾਰਟੀ, ਪਰ ਜਿੱਦਾਂ ਮੇਰੇ ਖਿਆਲ 'ਚ ਵੀ ਸਿੰਪਥੀ ਡੋਨਲਡ ਟਰੰਪ ਲਈ ਹੋ ਸਕਦੀ, ਤਾਂ ਉਹਦੀ ਪਾਪੂਲੈਰਿਟੀ ਵਧੂਗੀ, ਘਟਣੀ ਨਹੀਂ। ਅਤੇ ਜਿਹੜੇ ਕਈ ਜਿੱਦਾਂ ਜਿਹੜਾ ਅਮਰੀਕਾ ਦਾ ਇਲੈਕਸ਼ਨ ਸਿਸਟਮ ਆ, ਉਹ ਇਕੱਲੇ ਇਕੱਲੇ ਸਟੇਟ ਦੇ ਵੋਟ ਕਹਿ ਦਿੰਦੇ ਆ, ਨੰਬਰ ਗਿਣ ਹੁੰਦੇ ਆ, ਅਤੇ 3-4 ਸਟੇਟਸ ਹੈਗੇ ਆ ਜਿੱਥੇ ਅੱਗੇ ਬਾਇਡਨ ਜਾਂ ਓਬਾਮਾ ਜਿੱਤੇ ਆ। ਹੁਣ ਲੱਗਦਾ ਵੀ ਉਹ ਸਟੇਟਸ ਵੀ ਟਰੰਪ ਕੰਪੈਟੀਟਿਵ ਹੋ ਹੀ ਜਾਂਦਾ, ਸੋ ਕਾਫੀ ਡੈਮੋਕ੍ਰੈਟਿਕ ਪਾਰਟੀ ਨੂੰ ਰਿਸਕ ਆ, ਅਤੇ ਉਹਦੇ ਨਾਲ ਰਿਸਕ ਵੀ ਹੈਗੀ ਅਮੈਰੀਕਨ ਡੈਮੋਕ੍ਰੇਸੀ ਨੂੰ, ਕਿਉਂ ਟਰੰਪ ਵਰਗਾ ਕੋਈ ਕੈਂਡੀਡੇਟ ਅੱਗੇ ਨਹੀਂ ਖੜਾ ਹੋਇਆ। ਉਹਦਾ ਜਿਹੜਾ ਸੁਪਰੀਮ ਕੋਰਟ ਆ ਯੂਨਾਈਟਿਡ ਸਟੇਟਸ, ਉਹ ਵੀ ਕਹਿ ਲਓ ਖਰੀਦ ਹੋ ਗਿਆ ਉਹਦੇ ਪਾਸੇ ਹੀ, ਉਹਨਾਂ ਨੇ ਕਿਹਾ ਭਾਵਾਂ ਕੁਛ ਕਰੇ ਜੇ ਇਹ ਪ੍ਰੈਜੀਡੈਂਟ ਆ, ਅਤੇ ਜਾਂ ਆਪਦੀ ਡਿਊਟੀ ਦੇ ਵਿੱਚ ਭਾਵਾਂ ਕੁਛ ਕਰੇ, ਉਹਨੂੰ ਕੋਈ ਪ੍ਰੋਸੀਕਿਊਟ ਨਹੀਂ ਕਰ ਸਕਦੇ। ਜਿਹੜੀ ਡੈਮੋਕ੍ਰੇਸੀ ਹੁੰਦੀ ਆ ਉਹ ਹੁੰਦੀ ਹੈ ਵੀ ਕੋਈ ਲਾ ਤੋਂ ਵੱਧ ਨਹੀਂ, ਨਾ ਪ੍ਰੈਜੀਡੈਂਟ ਕੋਈ ਵੀ ਨਹੀਂ। ਅਤੇ ਦੂਜੀ ਗੱਲ ਇਹ ਵੀ ਆਪਾਂ ਨੂੰ ਪਤਾ ਉਹ ਕਿੱਦਾਂ ਦੀ ਉਹਦੇ ਉਹਦੇ ਰੈਪੂਟੇਸ਼ਨ ਕੀ ਆ, ਕਿੱਦਾਂ ਦੀ ਗੱਲਾਂ ਕਹਿੰਦਾ, ਨਾਲੇ ਉਹ ਬਦਲਾ ਲੈਣਾ ਮੰਗਦਾ ਆਪਦੇ ਸਾਰੇ ਪੋਲੀਟੀਕਲ ਓਪੋਨੈਂਟਸ ਦੇ ਨਾਲ, ਅਤੇ ਕਾਫੀ ਯੂਨਾਈਟਿਡ ਸਟੇਟਸ ਨੂੰ ਬਹੁਤ ਰਿਸਕ ਆ, ਅਤੇ ਹੈ ਤਕੜਾ ਮੁਲਕ ਪਰ ਬਾਕੀ ਮੁਲਕਾਂ 'ਤੇ ਵੀ ਫਿਰ ਇਨਫਲੂਐਂਸ ਹੋ ਸਕਦਾ, ਆਪਣੇ 'ਤੇ ਵੀ ਕਾਫੀ ਹੋ ਸਕਦਾ। ਪਰ ਇੱਕ ਗੱਲ ਤੁਸੀਂ ਦੇਖ ਰਹੇ ਹੋ ਵੀ ਦੋਨੇ ਤਰ੍ਹਾਂ ਹੀ ਦੋਨੇ ਪਾਰਟੀਆਂ ਹੀ ਹੁਣ ਅਚਾਨਕ ਇਸ ਗੋਲੀ ਚੱਲਣ ਤੋਂ ਪਿੱਛੋਂ ਏਕਤਾ ਦੀ ਗੱਲ ਕਰ ਰਹੀਆਂ, ਯੂਨਿਟੀ ਦੀ ਗੱਲ ਕਰ ਰਹੀਆਂ, ਕਿ ਇਹ ਜੋ ਬਾਈਡਨ ਲਈ ਫੇਸ ਸੇਵ ਕਰਨ ਲਈ ਇੱਕ ਗੋਲਡਨ ਅਪਰਚੁਨਿਟੀ ਆ ਕਿ ਉਹ ਕਹੇ ਕਿ ਹਾਲਾਤ ਇਸ ਤਰ੍ਹਾਂ ਦੇ ਹੋ ਰਹੇ ਨੇ, ਮੈਂ ਨਹੀਂ ਇਲੈਕਸ਼ਨ ਲੜਨੀ ਚਾਹੁੰਦਾ। ਹਾਂਜੀ, ਜਿੱਦਾਂ ਜੋ ਬਾਈਡਨ ਖਰੇ 24-25 ਸਾਲਾਂ ਦਾ ਸੀ ਜਾਂ ਛੋਟੀ ਉਮਰ ਦਾ ਸੀ ਜਦੋਂ ਦਾ ਪੋਲੀਟਿਕਸ ਹੋਇਆ, ਸੈਨੇਟਰ ਅਤੇ ਹੁਣ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਪ੍ਰੈਜ਼ੀਡੈਂਟ ਵੀ ਰਿਹਾ 81 ਸਾਲਾਂ ਦਾ, ਉਹਨੇ ਹੋਰ ਕੀ ਕਰਨਾ, ਉਹਨੂੰ ਖੜ੍ਹਨਾ ਚਾਹੀਦਾ ਮੇਰੇ ਸੋਚਣ 'ਚ ਆਪਦੀ ਪਾਰਟੀ ਦੇ ਬੈਨੀਫਿਟ ਲਈ ਅਤੇ ਅਮੈਰੀਕਨ ਡੈਮੋਕ੍ਰੇਸੀ ਲਈ। ਪਰ ਆਪਾਂ ਇਉਂ ਵੀ ਕਹਿ ਸਕਦੇ ਵੀ ਹੋਰ ਕੋਈ ਕੈਂਡੀਡੇਟ ਜਿਵੇਂ ਖੜ੍ਹੇ ਹੋਣ, ਉਹ ਹਾਲੇ ਤਾਂ ਨਹੀਂ ਕੋਈ ਉਹ ਜੋ ਬਾਈਡਨ ਤੋਂ ਵੱਧ ਪੋਲਿੰਗ 'ਚ, ਪਰ ਇੰਨਾ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਕੋਲ ਇਹ ਜਿਹੜੇ ਕਾਗਨੇਟਿਵ ਚੈਲੰਜ ਆ, ਜਿਹੜੀ ਸ਼ੱਕ ਆ, ਉਹ ਨਾ ਨਹੀਂ ਹੋਣੀ, ਅਤੇ ਫਿਰ ਵੀ ਇਹਨਾਂ ਕੋਲ ਚਾਂਸ ਆ ਵੀ ਜਿੱਤ ਜਾਣਗੇ ਜੇ ਜੱਜ ਦਾ ਕੈਂਡੀਡੇਟ ਚੁੱਕ ਲੈਣਗੇ। ਪਰ ਜੇ ਬਾਈਡਨ ਨੂੰ ਰੱਖਣਗੇ, ਮੈਨੂੰ ਲੱਗਦਾ ਵੀ ਜਿਹੜਾ ਡੈਮੇਜ ਹੋ ਗਿਆ, ਜਿਹੜੀ ਸ਼ੱਕ ਪੈ ਗਈ, ਉਹ ਜਾਣੀ ਨਹੀਂ ਹੋਣਾ। ਸ਼ੱਕ ਥੋੜ੍ਹੀ ਹੈ ਜੀ, ਉਹ ਤਾਂ ਹੁਣ 13 ਜੁਲਾਈ ਨੂੰ ਤਾਂ ਐਕਸਪੋਜ਼ ਹੋ ਗਿਆ, ਉਹ ਤਾਂ ਸਰੇ ਸ਼ਰੇਆਮ ਦਿਸ ਰਿਹਾ ਸੀ, ਹੀ ਰੈਨ ਆਊਟ ਆਫ ਦ ਵਰਡਸ, ਉਹਨੂੰ ਗੱਲ ਨਹੀਂ ਸੀ ਆਉਂਦੀ, ਉਹ ਹਕਲਾ ਰਿਹਾ ਸੀ, ਥਿੜਕ ਰਿਹਾ ਸੀ, ਉਹਨੂੰ ਲੱਗਦਾ ਇਹ ਸੀ ਵੀ ਉਹ ਕਈ ਵਾਰੀ ਇਸ ਤਰ੍ਹਾਂ ਚੱਲ ਜਿਵੇਂ ਸਪੇਸ ਆਊਟ ਹੋ ਗਿਆ ਹੁੰਦਾ, ਕੋਈ ਨਾ ਕੋਈ ਪ੍ਰੋਬਲਮ ਤਾਂ ਹੈ, ਉਹ ਤਾਂ ਦੱਸਦੀ ਹੈ। ਹਾਂਜੀ ਜ਼ਰੂਰ, ਨਾਲੇ ਤੁਰਦਾ ਵੀ ਮੁਸ਼ਕਲ ਦੇ ਨਾਲ ਆ, ਅਤੇ ਪਿਛਲੇ ਹਫ਼ਤੇ ਉਹਨੇ ਆਪਦੀ ਉਹ ਕਹਿੰਦਾ ਮੇਰਾ ਵਾਈਸ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਦੀ ਵਾਈਸ ਪ੍ਰੈਜ਼ੀਡੈਂਟ ਤਾਂ ਹੈਗੀ ਕਮਲਾ ਹੈਰਿਸ, ਅਤੇ ਸੋ ਇਹ ਇੱਕ ਗਲਤੀ ਨਹੀਂ, ਦੋ ਨਹੀਂ, ਤਿੰਨ ਨਹੀਂ, ਇਹ ਵਧੀ ਜਾਂਦੀਆਂ, ਅਤੇ ਜਿੱਦਾਂ ਤੁਸੀਂ ਕਿਹਾ, ਸੋ ਇਹ ਇਹ ਮੌਕਾ ਵੀ ਹੀ ਨੀਡਸ ਟੂ ਸਟੈਂਡ ਡਾਊਨ ਫੋਰ ਦਾ ਗੁੱਡ ਆਫ ਦਾ ਕੰਟਰੀ। ਅੱਛਾ, ਬਾਕੀ ਮੈਂ ਫਿਰ ਇੱਕ ਵਾਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਉਸੇ ਘਟਨਾ 'ਤੇ ਕਿ ਡੋਨਲਡ ਟਰੰਪ ਦੇ ਉੱਤੇ ਗੋਲੀ ਚੱਲਣ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਜਦੋਂ ਇਨਵੈਸਟੀਗੇਸ਼ਨ ਹੋਣੀ ਹੈ ਜਾਂ ਹੋ ਰਹੀ ਹੈ, ਇਸ ਦੇ ਵਿੱਚ ਕਈ ਚੀਜ਼ ਜਿਹੜੀਆਂ ਆਮ ਬੰਦੇ ਨੂੰ ਪਤਾ ਲੱਗ ਰਹੀਆਂ, ਉਹ ਜਿਹੜੇ ਸੀਕਰਟ ਸਰਵਿਸ ਵਾਲੇ ਆ
ਆਪਣੇ ਹੱਥਾਂ ਨਾਲ ਗੋਲੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਸਿਰ 'ਤੇ ਹੱਥ ਦੇ ਰਹੇ ਆ, ਜਦਕਿ ਉਹਨਾਂ ਕੋਲ ਬੁਲਟ ਪਰੂਫ ਸਕਰੀਨਾਂ ਹੋਇਆ ਕਰਦੀਆਂ ਨੇ। ਛੱਤ ਦੇ ਉੱਤੇ ਕਿਵੇਂ ਮੁੰਡਾ ਚੜ੍ਹ ਗਿਆ? ਤੁਹਾਨੂੰ ਲੱਗਦਾ ਕਿ ਕੋਈ ਕਿਤੇ ਨੂੰ ਕਿਤੇ ਜਿਹੜੀ ਸਿਕਿਉਰਿਟੀ ਦੀ ਬ੍ਰੀਚ ਹੋਈ ਆ? ਜਾਂ ਤਾਂ ਕੋਈ ਨਾ ਕੋਈ ਸਿਕਿਉਰਿਟੀ ਦੀ ਬ੍ਰੀਚ ਹੈ, ਅਤੇ ਜਿਹੜੇ ਕੰਸਪੀਰੇਸੀ ਥੀਅਰੀਸਟ ਆ ਉਹਨਾਂ ਨੇ ਤੈਨੂੰ ਪਤਾ ਸੋਸ਼ਲ ਮੀਡੀਆ 'ਤੇ ਕੀ ਕੁਛ ਕਹੀ ਜਾਣਾ। ਪਰ ਕਲੀਅਰਲੀ ਗਲਤ ਸੀ ਕਿ ਉਹ ਦੇਖ ਇਹ ਮੁੰਡਾ ਛੱਤ 'ਤੇ ਚੜ੍ਹਿਆ ਅਤੇ ਸੀਕਰਟ ਸਰਵਿਸ ਨੇ ਉਹ ਬੰਦੂਕ ਕਿੱਥੋਂ ਲਿਆਂਦੀ? ਪਹਿਲਾਂ ਰੱਖੀ ਸੀ ਜਾਂ ਮਗਰੋਂ, ਰਾਈਟ? AR-15 ਕਹਿੰਦੇ ਆ, ਅਤੇ ਨਾਲੇ ਸੀਕਰਟ ਏਜੰਟ ਨੇ ਉਹਨੂੰ ਦੇਖਿਆ ਅਤੇ ਮੁੰਡੇ ਨੇ ਉਹਦੇ ਵੱਲ ਨੂੰ ਗੋਲੀ ਚਲਾਈ ਅਤੇ ਮਗਰੋਂ ਟਰੰਪ ਵੱਲ ਨੂੰ ਚਲਾਈ। ਸੋ ਇਹ ਕਾਫੀ ਸਿਕਿਉਰਿਟੀ ਬ੍ਰੀਚ ਆ। ਪ੍ਰੋਬਲਮ ਇਹ ਆ ਬਈ ਜਿਹੜੇ ਯੂਨਾਈਟਿਡ ਸਟੇਟਸ ਵੀ ਇਹ ਜਿਹੜੇ ਗਨ ਦਾ ਇਹਨਾਂ ਨੂੰ ਬਾਹਲਾ ਪਿਆਰ ਆ। ਪਿਛਲੇ ਸਾਲ ਤਕਰੀਬਨ 19,000 ਲੋਕ ਮਰੇ ਆ ਗਨ ਕ੍ਰਾਈਮ ਤੋਂ, ਅਤੇ ਇਹ 50% ਵੱਧ ਗਈ ਹੈ ਪਿਛਲੇ 9 ਸਾਲਾਂ 'ਚ ਹੀ। ਅਤੇ ਇਹ ਟਰੰਪ ਨੇ ਵੀ ਬਥੇਰੀਆਂ ਗੱਲਾਂ ਅੱਗੇ ਕਹੀਆਂ ਗਨ ਦੇ ਫੇਵਰ ਦੇ ਵਿੱਚ, ਆਪਦੇ ਦੁਸ਼ਮਣਾਂ ਦੇ ਉਹ ਦੁਸ਼ਮਣੀ ਅਸੀਂ ਲੈਣੀ ਪੋਲੀਟੀਕਲ ਅਪੋਨੈਂਟ 'ਤੇ। ਸੋ ਹੁਣ ਇਹ ਵੀ ਡੇਂਜਰ ਆ, ਜਿੱਦਾਂ ਤੁਸੀਂ ਕਿਹਾ ਵੀ ਬਾਈਡਨ ਕਹਿੰਦਾ ਯੂਨਿਟੀ ਹੋਣੀ ਚਾਹੀਦੀ ਆ, ਪਰ ਡੇਂਜਰ ਆ ਵੀ ਦੂਜੇ ਪਾਸੇ ਵਾਲੇ ਵੀ ਟਰੰਪ ਸਪੋਰਟਰ ਵੀ ਜਿੱਦਾਂ ਜਿਹੜੇ NRA ਆ ਉਹਦੇ ਸਪੋਰਟਰ ਆ, ਜੇ ਉਹ ਟਰਾਈ ਕਰਨ ਹੋਰ ਬਾਈਡਨ ਦੇ ਮਗਰ ਜਾਂ ਹੋਰ ਪੋਲੀਟੀਸ਼ੀਅਨ ਦੇ, ਇਹ ਗੱਲ ਬਹੁਤ ਖਿਲਰ ਸਕਦੀ ਆ। ਯੂਨਾਈਟਿਡ ਸਟੇਟਸ ਇਜ਼ ਐਟ ਅ ਡੇਂਜਰਸ ਪੁਆਇੰਟ ਫਾਰ ਵਾਇਲੈਂਸ। ਕੈਨੇਡਾ 'ਤੇ ਕੀ ਅਸਰ ਪੈ ਸਕਦਾ ਇਹਨਾਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ? ਪ੍ਰੈਜ਼ੀਡੈਂਟ ਜੇ ਕੋਈ ਫਿਕਲ ਮਾਈਂਡਡ ਬੰਦਾ ਚੁਣਿਆ ਜਾਂਦਾ, ਕੋਗਨੀਟਿਵ ਪ੍ਰੋਬਲਮਸ ਨੇ ਜਾਂ ਇਸ ਤਰ੍ਹਾਂ ਦੀ ਹਿੰਸਾ ਹੋਣ ਲੱਗ ਪੈਂਦੀ ਆ, ਪ੍ਰੈਜ਼ੀਡੈਂਟ ਦੇ ਕੈਂਡੀਡੇਟ ਦੇ ਉੱਤੇ ਗੋਲੀਆਂ ਚੱਲਣ ਲੱਗ ਪੈਂਦੀਆਂ ਨੇ, ਕੈਨੇਡਾ ਕਿਵੇਂ ਪ੍ਰਭਾਵਿਤ ਹੁੰਦਾ ਇਹ ਤੋਂ? ਸੋ ਆਪਣੇ 'ਤੇ ਵੀ ਬਹੁਤ ਅਸਰ ਹੈ, ਕਿ ਦੇਖ ਪੀਅਰ ਟਰੂਡੋ ਨੇ ਕਰੀ ਕਿਹਾ ਸੀਗਾ ਵੀ ਜਿੱਦਾਂ ਅਸੀਂ ਇੱਦਾਂ ਜਿੱਦਾਂ ਚੂਹਾ ਹਾਥੀ ਦੇ ਨਾਲ ਪੈਂਦਾ, ਜਦੋਂ ਹਾਥੀ ਹਿੱਲਦਾ ਸਾਨੂੰ ਵੀ ਹਿੱਲਣਾ ਪੈਂਦਾ। ਅਤੇ ਕੈਨੇਡਾ ਦੀ ਇਕਾਨਮੀ ਸਾਰੀ ਟਾਇਡ ਅਮਰੀਕਾ ਦੇ ਨਾਲ, ਜਿਹੜੇ ਪੋਲੀਟੀਕਲ ਅਤੇ ਕਲਚਰਲ ਇਨਫਲੂਐਂਸ ਇੱਧਰ ਆਉਂਦਾ। ਹੁਣ ਜਦੋਂ ਆਪਾਂ ਦੇਖਿਆ ਸੀ ਉਹ ਫਰੀਡਮ ਕਾਨਵੋਏ ਆਟਵਾ, ਕਹਿੰਦੇ ਸੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਲਾਉਣਾ, ਅਸੀਂ ਗਵਰਨਮੈਂਟ ਨੂੰ ਓਵਰਥਰੋ ਕਰਨਾ। ਐਲਬਰਟਾ ਦੇ ਵਿੱਚ ਬਲਾਕੇਡ ਸੀ ਬੋਰਡਰ ਦੀ, ਅਤੇ ਕਈ ਫਾਰ ਰਾਈਟ ਹੇਟ ਗਰੁੱਪ ਹੈਗੇ ਆ, ਵਧੀ ਜਾਂਦੇ ਆ ਇਸ ਮੁਲਕ 'ਚ। ਅਤੇ ਜਿਹੜਾ ਫੈਡਰਲ ਲੀਡਰ ਪੀਅਰ ਪਾਲ ਐਵਰ, ਉਹ ਕਈ ਟੈਕਟਿਕਸ, ਕਈ ਗੱਲਾਂ ਵੀ ਜਿਹੜੀ ਉਹਦੀ ਰੈਟਰਿਕ ਆ, ਜਿਹੜਾ ਕੁਛ ਕਹਿੰਦਾ, ਟਰੰਪ ਵਰਗਾ ਆ। ਸੋ ਅਤੇ ਜਿੱਦਾਂ ਜਦੋਂ ਅਗਲੇ ਨੂੰ ਪੋਲੀਟਿਕਲੀ ਅਪੋਜ਼ ਵੀ ਕਰਨਾ, ਤੁਸੀਂ ਤਰੀਕੇ ਨਾਲ ਕਹਿ ਸਕਦੇ ਗੱਲ, ਇੱਜ਼ਤ ਨਾ ਕਹਿ ਸਕਦੇ, ਪਰ ਫਿਰ ਵੀ ਉਹਨਾਂ ਨੂੰ ਲਾ ਸਕਦੇ ਆ ਅਕਲ ਦੇ ਨਾਲ ਜਾਂ। ਅਤੇ ਪਰ ਇੱਥੇ ਹੈਗੀ ਆ ਹੁਣ ਪਰਸਨਲਾਈਜ਼ਡ ਅਟੈਕਸ ਹੋਈ ਜਾਂਦੇ, ਅਤੇ ਇੱਥੇ ਵੀ ਪੋਲਰਾਈਜ਼ੇਸ਼ਨ ਹੋਈ ਜਾਂਦੀ। ਸੋ ਰਿਸਕ ਇੱਥੇ ਹੈਗੀ ਆ ਵੀ ਜਿਹੜੀ ਜਿਹੜਾ ਕੁਛ ਅਮਰੀਕਾ 'ਚ ਹੋਊਗਾ ਉਹਦਾ ਕੋਈ ਨਾ ਕੋਈ ਇਨਫਲੂਐਂਸ ਤਾਂ ਹੋਊਗਾ। ਹਜੇ ਵੀ ਆਪਣਾ ਸਿਸਟਮ ਉਦੋਂ ਪ੍ਰੋਟੈਕਸ਼ਨ ਹੈਗੇ ਆ, ਆਪਣੀ ਜਿਹੜੀ ਜੁਡੀਸ਼ਰੀ ਜੱਜਸ ਉਹ ਹੈਗੇ ਇੰਡੀਪੈਂਡੈਂਟ, ਪਰ ਗਾਂਹ ਨੂੰ ਜੇ ਫੋਲੈਵਰ ਵਰਗੇ ਆ ਗਏ ਉਹ ਆਪਦੇ ਜੱਜ ਚੁੱਕ ਸਕਦੇ ਕਿਹੜੇ ਫੈਡਰਲ ਕੋਰਟ 'ਤੇ ਅਪੁਆਇੰਟ ਕਰਨੇ। ਪਰ ਹਾਲੇ ਤਾਂ ਆਪਣਾ ਸੁਪਰੀਮ ਕੋਰਟ ਤਕੜਾ ਆ, ਇੰਡੀਪੈਂਡੈਂਟ ਆ ਅਤੇ ਲੋਕਾਂ ਦਾ ਹੱਕ ਰੱਖਦਾ, ਪਰ ਇਨਫਲੂਐਂਸ ਤਾਂ ਹੋਊਗਾ। ਅਤੇ ਬਾਕੀ ਇਕਨੋਮਿਕ ਇਫੈਕਟ ਵੀ ਹੋ ਸਕਦਾ, ਜਿਹੜੀ ਆ ਟ੍ਰੇਡ ਅਗਰੀਮੈਂਟ ਜਾਂ ਸਾਡੇ ਜਿਹੜਾ ਆਪਾਂ ਅਮਰੀਕਾ ਨੂੰ ਚੀਜ਼ਾਂ ਭੇਜਦੇ ਆ, ਕਾਰਾਂ ਜਾਂ ਹੋਰ ਚੀਜ਼ਾਂ ਵੀ ਉਹਨਾਂ 'ਤੇ ਟੈਰਿਫ ਲਾਉਣਗੇ। ਸੋ ਆਪਣੇ ਇਕਨੋਮਿਕ ਇਫੈਕਟ ਵੀ ਹੋ ਸਕਦਾ, ਆਪਣੀ ਕਰੰਸੀ ਡਾਲਰ ਵੈਲਿਊ 'ਤੇ ਵੀ ਇਫੈਕਟ ਹੋ ਸਕਦਾ। ਪਰ ਦੂਸਰੇ ਪਾਸੇ ਜੇ ਦੇਖਦੇ ਹੋ ਤੁਸੀਂ ਤਾਂ ਜਦੋਂ ਪਹਿਲੀ ਵਾਰੀ ਡੋਨਲਡ ਟਰੰਪ ਆਇਆ ਐਜ਼ ਏ ਪ੍ਰੈਜ਼ੀਡੈਂਟ, ਤਾਂ ਅਮੈਰੀਕਾ ਦੀ ਜਿਹੜੀ ਇਕਨੋਮਿਕ ਹਾਲਤ ਹੈ ਉਹਨਾਂ ਦੀ ਪ੍ਰੋਸਪੈਰਿਟੀ ਤਾਂ ਵਧੀ ਆ, ਔਰ ਹੁਣ ਵੀ ਜਦੇ ਉਹ ਚੁਣਿਆ ਜਾਣਾ ਤਾਂ ਲੋਕਾਂ ਨੇ ਵੋਟਾਂ ਪਾ ਕੇ ਹੀ ਚੁਣਨਾ।
ਹਾਂ ਲੋਕਾਂ ਨੇ ਵੋਟਾਂ ਪਾ ਕੇ ਚੁਗਣਾ, ਪਰ ਯੂਨਾਈਟਿਡ ਸਟੇਟਸ ਦਾ ਸਿਸਟਮ ਜਿਹੜਾ ਇਲੈਕਸ਼ਨ ਦਾ ਜਿੱਦਾਂ ਕਾਫੀ ਗਲਤ ਆ, ਜਿੱਦਾਂ ਕੋਈ ਲਿਮਿਟ ਨਹੀਂ ਪੈਸੇ ਦੀ, ਭਾਵਾਂ ਕੋਈ ਬਾਹਰੋਂ ਪੈਸੇ ਦੇ, ਭਾਵਾਂ $100 million ਦੇਣਾ ਹੋਵੇ, ਸੋ ਬਿਗ ਮਨੀ ਟਾਕਸ। ਦੂਜੀ ਗੱਲ ਆ ਬਈ ਵੋਟਰ ਸਪਰੈਸ਼ਨ ਬਹੁਤ ਹੀ ਸਟੇਟਾਂ 'ਚ ਹੈਗਾ, ਟੈਕਸਿਸ, ਜੋਰਜਾ, ਫਲੋਰਿਡਾ, ਜਿਹੜੇ ਰੇਸ਼ਲ ਮਿਨੋਰਟੀਜ਼ ਜਾਂ ਕਾਲੇ ਜਾਂ ਜਿਹੜੇ ਹੈਗੇ ਆ ਅਫਰੀਕਨ ਅਮੈਰੀਕਨ ਕਹਿ ਲਓ ਜਾਂ ਹਿਸਪੈਨਿਕ ਜਾਂ, ਉਹ ਕਾਫੀ ਵੋਟਰ ਸਪਰੈਸ਼ਨ ਹੈ। ਇਹ ਅਮਰੀਕਾ ਦੀ ਹਿਸਟਰੀ ਹੈ, ਪਰ ਅੱਗੇ ਨਾ ਵੀ ਵਧੀ ਆ। ਅਤੇ ਗੱਲ ਇਹ ਆ ਵੀ ਪਿਛਲੀ ਵਾਰੀ ਤਾਂ ਉਹ ਤਾਂ ਕੋਈ ਨਾ ਕੋਈ ਕੰਸਟਰੇਂਟ ਸੀ, ਐਤਕੀ ਜਿਹੜਾ ਕੁਛ ਉਹ ਕਰ ਹਟਿਆ ਉਹ 'ਤੇ ਕੋਈ ਕੰਸਟਰੇਂਟਸ ਨਹੀਂ ਹੋਣੇ। ਹੁਣ ਜਿਹੜੇ ਉਹਦੇ ਸਪੋਰਟਰਸ ਆ ਉਹਨਾਂ ਕੋਲ ਪਲੈਨ ਆ ਵੀ ਅਸੀਂ ਆਹ $90,000 ਅਸੀਂ ਫੈਡਰਲ ਇੰਪਲੋਈ ਫਾਇਰ ਕਰ ਦੇਣੇ, ਇਹਦੇ ਸਪੋਰਟਰ ਵਿੱਚ ਕਰਨੇ ਆ, ਭਾਵੇਂ ਮਿਲੀਟਰੀ 'ਚ ਵੀ ਹੋਵੇ, ਜੁਡੀਸ਼ਰੀ 'ਚ ਵੀ ਹੋਵੇ। ਸੋ ਜਿਹੜੇ ਚੈੱਕ ਅਤੇ ਬੈਲੈਂਸ ਆ ਉਹਨੂੰ ਵੀ ਥੋੜ੍ਹੇ ਜਿਹਾ ਰੋਕਣ ਨੂੰ ਉਹ ਰਿਸਕ ਆ ਵੀ ਨੈਕਸਟ ਟਾਈਮ ਜੇ ਉਹ ਪ੍ਰੈਜ਼ੀਡੈਂਟ ਬਣ ਗਿਆ ਉਹ ਚੀਜ਼ਾਂ ਨਹੀਂ ਹੋਣੀਆਂ। ਅਤੇ ਆਪਾਂ ਨੂੰ ਇਹ ਵੀ ਪਤਾ ਵੀ ਇਹ ਕਾਫੀ ਉਹ ਰੇਸਿਸਟ ਰੈਟਰਿਕ ਵੀ ਵਰਤਦਾ ਆ, ਅਤੇ ਇਮੀਗ੍ਰੈਂਟਸ 'ਤੇ ਮਾਈਗ੍ਰੈਂਟਸ 'ਤੇ, ਸੋ ਦਿਸ ਇਜ਼ ਅ ਵੈਰੀ ਡੇਂਜਰਸ ਟਾਈਮ। ਤੁਸੀਂ ਜੁਡੀਸ਼ਰੀ ਦੇ ਵਿੱਚ ਥੋੜ੍ਹਾ ਆਪਣਾ ਤਜਰਬਾ ਬਤੌਰ ਜੱਜ, ਜਿਹੜਾ ਹੁਣ ਸੁਪਰੀਮ ਕੋਰਟ ਨੇ ਤੁਸੀਂ ਹਲਕਾ ਜਿਹਾ ਟੱਚ ਕੀਤਾ ਸੀ, ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਕਿ ਕੁਛ ਜਿਹੜੀਆਂ ਪਾਵਰਸ ਨੇ ਯੂਨਾਈਟਿਡ ਸਟੇਟਸ ਦੇ ਫਾਰਮਰ ਪ੍ਰੈਜ਼ੀਡੈਂਟ ਕੋਲ ਇਹੋ ਜਿਹੀਆਂ ਨੇ ਕਿ ਉਹਨੂੰ ਸੂ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਦੇ ਉਸ ਫੈਸਲੇ ਬਾਰੇ ਸਾਨੂੰ ਦੱਸੋ। ਤੁਹਾਨੂੰ ਲੱਗਦਾ ਉਹ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਡੋਨਲਡ ਟਰੰਪ ਨੇ ਅਪੁਆਇੰਟ ਕੀਤੇ ਹੋਏ ਜੱਜ ਨੇ ਉਹ? ਹਾਂਜੀ, ਡੋਨਲਡ ਟਰੰਪ ਨੇ ਅਪੁਆਇੰਟ ਕੀਤੇ, ਅਤੇ ਉਦੋਂ ਪਹਿਲਾਂ ਜੋਰਜ ਬੁਸ਼ ਨੇ ਕੀਤੇ, ਉਹ ਕਾਫੀ ਰਾਈਟ ਵਿੰਗ ਆ। ਅਤੇ ਉੱਥੇ ਜਿੱਦਾਂ ਕੋਈ ਐਥੀਕਲ ਕੋਡ ਵੀ ਨਹੀਂ ਜੱਜਸ ਲਈ, ਹੁਣ ਕੀ ਕਹਿੰਦੇ ਆ ਬਈ ਜਿਹੜਾ ਕਲੈਰੈਂਸ ਥਾਮਸ ਆ ਉਹਨੂੰ $4 million ਮਿਲਿਆ ਅਮੀਰਾਂ ਤੋਂ ਜਿਹੜੇ ਟਰੰਪ ਨੂੰ ਸਪੋਰਟ ਕਰਦੇ, ਜੋ ਰਿਪਬਲਿਕ ਨੂੰ। ਇਹ ਕੈਨੇਡਾ 'ਚ ਇੱਦਾਂ ਦੀ ਗੱਲ ਹੋਵੇ ਤਾਂ ਜੱਜ ਨੂੰ ਪਹਿਲਾਂ ਹੀ ਲਾ ਦੇਣ, ਅਤੇ ਸੋ ਉਹ ਕਹਿ ਲਓ ਵੀ ਉਹਦੀ ਜੇਬ 'ਚ ਇਹ ਸੁਪਰੀਮ ਕੋਰਟ ਸਾਰੇ ਡਿਸੀਜਨ ਰਿਪਬਲਿਕਨ ਦੇ ਫੇਵਰ ਹੋਈ ਜਾਂਦੇ ਆ। ਹੁਣ ਜੇ ਉਹ ਕਹਿਣ ਵੀ ਪ੍ਰੈਜ਼ੀਡੈਂਟ, ਐਗਜ਼ਾਮਪਲ ਉਸ ਕੇਸ ਸੁਪਰੀਮ ਕੋਰਟ 'ਚ ਆਰਗਿਊ ਹੋਇਆ ਸੀ, ਜੇ ਪ੍ਰੈਜ਼ੀਡੈਂਟ ਗੋਲੀ ਆਪ ਚਲਾਵੇ ਅਤੇ ਮੈਡੀਸਨ ਐਵਨਿਊ ਤੋਂ ਕਿਸੇ ਨੂੰ ਮਾਰੇ ਉਹਨੂੰ ਪ੍ਰੋਸੀਕਿਊਟ ਕਰ ਸਕਦੇ, ਤਾਂ ਉਹ ਕਹਿੰਦੇ ਉਹਦੇ ਕੋਲ ਇਮਿਊਨਿਟੀ ਆ। ਸੋ ਇਹਦਾ ਮਤਲਬ ਆ ਇਹ ਭਾਵਾਂ ਕੁਛ ਕਰੇ ਕੋਈ ਕੰਸਟਰੇਂਟ ਨਹੀਂ, ਇਹ ਤਾਂ ਜਿੱਦਾਂ ਡਿਕਟੇਟਰ ਕਰਦੇ ਹੁੰਦੇ ਆ। ਸੋ ਇਹ ਬਹੁਤ ਰਿਸਕ ਆ, ਇਹ ਜਿੱਦਾਂ ਮੇਰੇ ਸੋਚਣ 'ਚ ਬਈ ਗਲੋਬਲੀ US ਸੁਪਰੀਮ ਕੋਰਟ ਦੀ ਕੋਈ ਰਿਸਪੈਕਟ ਨਹੀਂ ਰਹਿ ਗਈ। ਇੱਕ ਆਪਸ਼ਨ ਗਾਂ ਨੂੰ ਹੈਗਾ ਪਰ ਲੱਗਦਾ ਨਹੀਂ ਬਈ ਹੋਊਗਾ, ਪਰ ਜੇ ਡੈਮੋਕਰੈਟ ਸੈਨੇਟ ਅਤੇ ਨਾਲੇ ਹਾਊਸ ਜਿੱਤ ਜਾਣ ਫਿਰ ਉਹ ਕਹਿ ਸਕਦੇ ਸੀ ਅਸੀਂ ਸੁਪਰੀਮ ਕੋਰਟ ਨੂੰ ਵਧਾਉਣਾ, 9 ਜੱਜ ਨਹੀਂ ਕਰਨੇ, ਅਸੀਂ ਕਰ ਦੇਣੇ 13 ਜਾਂ 12। ਅੱਗੇ ਵੀ ਹਿਸਟਰੀ 'ਚ ਅਮਰੀਕਾ ਨੇ ਆਪਦੇ ਸੁਪਰੀਮ ਕੋਰਟ ਵਧਾਇਆ, ਪਰ ਜੇ ਟਰੰਪ ਜਿੱਤ ਗਿਆ ਹੋ ਸਕਦਾ ਵੀ ਉਹ ਸੈਨੇਟ ਅਤੇ ਹਾਊਸ ਵੀ ਰਿਪਬਲਿਕਨ ਜਿੱਤ ਜਾਣ, ਫਿਰ ਉਹ ਤਾਂ ਸਾਰੇ ਉਹਦੇ ਲੱਗ ਉਹਦੇ ਨਾਲ ਲੱਗਣ ਵਾਲੇ ਉਹਦੇ ਚਮਚੇ ਆ। ਸੋ ਜੇ ਟਰੰਪ ਫਿਰ ਜਿੱਤ ਜਾਂਦਾ, ਇੱਕ ਗੱਲ ਤਾਂ ਇਹ ਫਿਰ ਯਕੀਨਨ ਆ ਕਿ ਅਮੈਰੀਕਨ ਲੋਕ ਇਸ ਕਰਕੇ ਉਹਨੂੰ ਸਪੋਰਟ ਕਰਦੇ ਨੇ ਕਿ ਅਮੈਰੀਕਾ ਦੇ ਵਿੱਚ ਖੁਸ਼ਹਾਲੀ ਆ ਜਾਏਗੀ। ਬਾਕੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਮੀਗ੍ਰੇਸ਼ਨ ਬੰਦ ਕਰਨੀ ਆ, ਬਾਰਡਰਾਂ ਦੇ ਉੱਤੇ ਕੰਧਾਂ ਕੱਢਣੀਆਂ ਨੇ, ਬਹੁਤ ਸਾਰੇ ਅਮੈਰੀਕਨ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਐਜ਼ ਲੌਂਗ ਐਜ਼ ਜੇ ਉਹ ਅਮੀਰ ਹੋ ਜਾਂਦੇ ਨੇ, ਉਹ ਪ੍ਰੋਸਪਰ ਹੋ ਜਾਂਦੇ ਨੇ। ਹਾਂਜੀ, ਇਵੇਂ ਜਰਮਨੀ 'ਚ ਹੋਏ ਸੀ 1930 ਜਿਹੜੀ ਇੰਡਸਟਰੀਅਲਿਸਟ ਜਿਹੜੇ ਅਮੀਰ ਸੀ ਉਹ ਮਗਰ ਲੱਗ ਗਏ ਸੀ ਹਿਟਲਰ ਦੇ, ਅਤੇ ਪਰ ਯੂ ਨੋ ਹੋ ਸਕਦਾ ਬਈ ਅਮੈਰੀਕਾ 'ਚ ਕਾਫੀ ਡਿਵੀਜ਼ਨ ਵੀ ਹੋ ਸਕਦੇ, ਆਪਾਂ ਨੂੰ ਪਤਾ ਨਹੀਂ ਵੀ ਇੰਟਰਨਲ ਕਾਨਫਲਿਕਟ ਕਿੰਨੀ ਹੋਊਗੀ, ਪਰ ਜਿਹੜੀ ਲੀਡਰਸ਼ਿਪ ਆ ਜਾਂ ਜਿਹੜੇ ਇੰਟਰਨੈਸ਼ਨਲ ਟ੍ਰੇਡ ਅਗਰੀਮੈਂਟਸ ਆ ਜਾਂ ਜਿਹੜੇ ਹੈਗੇ ਨੇਟੋ ਅਲਾਇੰਸ, ਇਹ ਚੀਜ਼ਾਂ ਨੂੰ ਬਹੁਤ ਰਿਸਕ ਆ।
ਤੇ ਨਾਲੇ ਤੈਨੂੰ ਪਤਾ ਵੀ ਟਰੰਪ ਬਹੁਤ ਅਨਪ੍ਰਡਿਕਟੇਬਲ ਹੈ, ਇੱਕ ਦਿਨ ਇੱਕ ਗੱਲ ਕਹਿਣੀ, ਦੂਜੇ ਦਿਨ ਹੋਰ ਕਹਿਣੀ. ਸੋ ਉਹ ਬਹੁਤ ਡਿਫਿਕਲਟ ਆ ਸਟ੍ਰੈਟਜੀ ਬਣਾਉਣ ਲਈ ਵੀ ਇਸ ਮੁਲਕ ਨਾਲ ਅਸੀਂ ਕਿਵੇਂ ਚੱਲਣਾ. ਸੋ ਵੀ ਲਿਵ ਇਨ ਵੈਰੀ ਡਿਫਿਕਲਟ ਫਰਾਈਟਨਿੰਗ ਟਾਈਮਸ. ਮੇਰੇ ਸੋਚਣ 'ਚ ਬਈ ਬੈਸਟ ਹੋਪ ਆ ਬਈ ਜੇ ਡੈਮੋਕ੍ਰੈਟਿਕ ਪਾਰਟੀ ਬਾਈਡਨ ਨੂੰ ਰਿਪਲੇਸ ਕਰ ਦੇਣ, ਅਤੇ ਜੇ ਚੱਜ ਦਾ ਕੋਈ ਕੈਂਡੀਡੇਟ ਆ ਜਾਵੇ ਅਤੇ ਤਕੜੀ ਕੈਂਪੇਨ ਚਲਾਉਣ, ਹੋ ਸਕਦਾ ਉਹ ਜਿੱਤ ਜਾਣ. ਇੱਕ ਹੋਰ ਗੱਲ ਵੀ ਹੈ, ਜਿਹੜੇ ਅਮੈਰੀਕਨ ਇਲੈਕਟੋਰਲ ਟਰਨ ਆਊਟ ਆ ਵੋਟਿੰਗ ਬਾਹਰ ਆਉਣੇ ਕਾਫੀ ਲੋਅ ਆ, ਲਾਈਕ ਇਟਸ ਨਾਟ ਹਾਈ ਵੋਟਰ ਟਰਨ ਆਊਟ. ਸੋ ਜਿਹੜੇ ਜਿਹੜੇ ਕਈ ਸਟੇਟਸ ਹੈਗੇ, ਪੈਨਸਲਵੇਨੀਆ, ਓਹਾਇਓ ਜਾਂ ਨਿਊ ਮੈਕਸੀਕੋ, ਇਹ ਭਾਵੇਂ ਥੋੜ੍ਹੇ ਜਿਹੇ ਵੋਟ ਹੀ ਸਵਿੰਗ ਕਰ ਸਕਦੇ ਆ. ਅਤੇ ਜੇ ਤੁਸੀਂ ਉਹ ਸਟੇਟ ਜਿੱਤ ਜਾਵੋ, ਤੁਹਾਨੂੰ ਉਹ ਸਟੇਟ ਦੇ ਸਾਰੇ ਇਲੈਕਟੋਰਲ ਕਾਲਜ ਵੋਟ ਮਿਲਦੇ ਆ. ਯੂਨਾਈਟਿਡ ਸਟੇਟ 'ਚ ਇਉਂ ਨਹੀਂ ਵੀ ਓਵਰਆਲ ਸਾਰੇ ਗਿਣਤੀ 'ਚ ਵੋਟ ਹੁੰਦੇ ਆ, ਕਿਉਂ ਜਦੋਂ ਐਲ ਗੋਰ ਜਾਂ ਹਿਲਰੀ ਕਲਿੰਟਨ ਉਹਦੇ ਕੋਲ ਜਾਂ ਬਾਈਡਨ ਕੋਲ ਸ਼ਾਇਦ ਜ਼ਿਆਦਾ ਵੋਟ ਸੀ ਟਰੰਪ ਤੋਂ, ਪਰ ਟਰੰਪ ਜਿੱਤ ਗਿਆ ਸੀ ਕਿ ਉਹ ਸਟੇਟ ਜਿੱਤ ਗਿਆ ਸੀ, ਭਾਵੇਂ ਇੱਕ ਵੋਟ 'ਤੇ ਹੋਵੇ ਜਾਂ ਹਜ਼ਾਰ 'ਤੇ ਹੋਵੇ. ਸੋ ਇਹ ਪੈਸਾ ਬਹੁਤ ਇਨਵੋਲਵਡ ਆ ਅਤੇ ਇਨਫਲੂਐਂਸ ਬਹੁਤ ਹੋ ਜਾਂਦਾ ਅਤੇ ਵੋਟਰ ਸਪਰੈਸ਼ਨ. ਸੋ ਇਹ ਪ੍ਰੋਬਲਮਸ ਆ. ਕਮਲਾ ਹੈਰਿਸ ਗੁੱਡ ਕੈਂਡੀਡੇਟ ਬਣ ਸਕਦੀ ਹੈ? ਬਣ ਸਕਦੀ ਆ, ਹਾਲੇ ਤਾਂ ਜਿੱਦਾਂ ਇੰਨੀ ਪਾਪੂਲਰ ਨਹੀਂ, ਪਰ ਉਹ ਬਣ ਸਕਦੀ ਆ. ਪਰ ਸ਼ੀ ਨੀਡਸ ਟੂ ਸਟੈਪ ਅਪ, ਰਾਈਟ? ਪਰ ਉਹ ਵੀ ਉਹਨੇ ਇਉਂ ਤਾਂ ਨਹੀਂ ਵੀ ਪੁਸ਼ ਕਰਨਾ ਬਾਈਡਨ ਨੂੰ. ਬਾਈਡਨ ਨੂੰ ਆਪ ਜਿਹੜੇ ਉਹਦੇ ਐਡਵਾਈਜ਼ਰ ਬਾਕੀ ਉਹਨੂੰ ਜੇ ਜਾਂ ਹਾਂ, ਜਾਂ ਹੋਰ ਵੀ ਹੈਗੇ ਆ ਜਿੱਦਾਂ ਗ੍ਰੈਚਨ ਵਿਟਮਰ ਫਰੋਮ ਗਵਰਨਰ ਮਿਸ਼ੀਗਨ ਦੀ, ਜਾਂ ਗੈਵਨ ਨਿਊਸਮ ਕੈਲੀਫੋਰਨੀਆ ਦਾ ਗਵਰਨਰ, ਪਰ ਜਾਂ ਕੋਈ ਆਪਾਂ ਨੂੰ ਹਾਲੇ ਕੋਈ ਪਤਾ ਨਹੀਂ. ਪਰ ਟਾਈਮ ਘਟੀ ਜਾਂਦਾ ਹੈ ਨਾ, ਕਿਉਂ ਇਸ ਹਫ਼ਤੇ ਹੈਗਾ ਟਰੰਪ ਰਿਪਬਲਿਕਨ ਪਾਰਟੀ ਦਾ ਨੈਸ਼ਨਲ ਕਨਵੈਨਸ਼ਨ, ਉਹ ਅਫਿਸ਼ਲੀ ਡਿਕਲੇਅਰ ਹੋ ਜੂਗਾ ਕੈਂਡੀਡੇਟ, ਅਤੇ ਡੈਮੋਕ੍ਰੈਟਿਕ ਪਾਰਟੀ ਦਾ ਹੈਗਾ ਅਗਸਤ ਨੂੰ. ਸੋ ਟਾਈਮ ਘਟੀ ਜਾਂਦਾ. ਅੱਛਾ, ਮੈਂ ਇੱਕ ਅਖੀਰਲਾ ਸਵਾਲ ਪੁੱਛਣਾ ਚਾਹੁੰਦਾ ਕਿ ਹੁਣ ਜਿਹੜਾ ਇਹ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਆ ਅਤੇ ਉਹਦੇ ਕੰਨ 'ਚ ਗੋਲੀ ਲੱਗੀ ਆ, ਇਸ ਦੇ ਨਾਲ ਉਹਦੀ ਜਿਹੜੀ ਜਿੱਤ ਆ ਉਹ ਯਕੀਨੀ ਬਣ ਗਈ? ਹਾਂਜੀ, ਜਿੱਦਾਂ ਟਰੰਪ ਤਕੜਾ ਲੱਗਦਾ ਉਦੋਂ ਬਾਅਦ, ਵੀ ਦੇਖ ਲਾ ਮੈਨੂੰ ਮਾਰਨਾ ਮੰਗਦੇ ਆ, ਦੇਖ ਲਾ ਮੈਂ ਮੈਨੂੰ ਇੱਦਾਂ ਕੀਤਾ, ਅਤੇ ਯੂਨਿਟੀ ਰੱਖੋ. ਭਾਵੇਂ ਯੂਨਿਟੀ ਉਹ ਦਿਲ 'ਚ ਨਾ ਹੋਵੇ, ਪਰ ਉਹਦੀ ਪਾਪੂਲੈਰਿਟੀ ਅਤੇ ਸਿੰਪਥੀ ਤਾਂ ਵਧੂਗੀ, ਘਟਣੀ ਨਹੀਂ. ਸੋ ਦੇਖੋ ਗਾਹਾਂ ਕੀ ਹੁੰਦਾ, ਬਟ ਇਟਸ ਰਿਸਕੀ ਟਾਈਮਸ. ਜੀ ਸਭ ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਤੁਹਾਡਾ, ਧੰਨਵਾਦ. ਥੈਂਕ ਯੂ, ਥੈਂਕ ਯੂ. ਸਾਬਕਾ ਜੱਜ ਬਿਲ ਵਿਲੀਅਮ ਸੰਧੂ ਗੱਲਬਾਤ ਕਰ ਰਹੇ ਸਨ, ਜਿਹੜੇ ਇਹ ਅਮੈਰੀਕਨ ਸਿਚੁਏਸ਼ਨ 'ਤੇ ਕਮੈਂਟ ਕਰ ਰਹੇ ਸੀ.